ਮਾਰ ਕੀਤੀ ਹੈ। ਇਹ ਤਸਵੀਰਾਂ ਘਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਨੇ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਨੂੰ ਆਪਣੀ ਸੱਸ ਨੂੰ ਕੁੱਟਦੀ ਨਜ਼ਰ ਆਉਂਦੀ ਹੈ ਅਤੇ ਕਮਰੇ ਦਾ ਦਰਵਾਜ਼ਾ ਲਗਾ ਕੇ ਆਪਣੀ ਸੱਸ 'ਤੇ ਹੱਥ ਚੁੱਕਦੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਸੱਸ ਆਪਣੇ ਕਮਰੇ 'ਚੋਂ ਬਾਹਰ ਆਉਂਦੀ ਹੈ ਅਤੇ ਨਾਲ ਵਾਲੇ ਕਮਰੇ 'ਚ ਜਾਂਦੀ ਹੈ ਜਿੱਥੇ ਇਹ ਆਪਣੀ ਪੋਤੀ ਨੂੰ ਕਹਿੰਦੀ ਹੈ ਕਿ ਉਹ ਲਾਈਟ ਬੰਦ ਕਰ ਦੇਵੇ। ਜਿਸ ਤੋਂ ਬਾਅਦ ਪੋਤੀ ਕਮਰੇ ਦੇ ਵਿੱਚੋਂ ਬਾਹਰ ਨਿਕਲਦੀ ਹੈ ਤੇ ਆਪਣੀ ਮਾਂ ਕੋਲ ਜਾ ਕੇ ਆਪਣੀ ਦਾਦੀ ਦੀ ਸ਼ਿਕਾਇਤ ਲਗਾਉਂਦੀ ਹੈ ਕਿ ਉਸਦੀ ਦਾਦੀ ਨੇ ਕਮਰੇ ਦੀ ਲਾਈਟ ਬੰਦ ਕਰਵਾ ਦਿੱਤੀ ਕਿਉਂਕਿ ਉਹ ਕਮਰੇ ਦੇ ਵਿੱਚ ਪੜ ਰਹੀ ਸੀ। ਬਸ ਇੰਨੀ ਹੀ ਕਹਿਣ ਦੀ ਦੇਰ ਸੀ ਜਿਸ ਤੋਂ ਬਾਅਦ ਅੱਗ ਬਬੂਲਾ ਹੋਈ ਨੂੰ ਆਪਣੀ ਸੱਸ ਦੇ ਕਮਰੇ 'ਚ ਜਾ ਵੜਦੀ ਹੈ ਅਤੇ ਸੱਸ ਨੂੰ ਖੂਬ ਖਰੀਆਂ ਖੋਟੀਆਂ ਸੁਣਾਉਂਦੀ ਹੈ ਤੇ ਜਦੋਂ ਸੱਸ ਵੀ ਅੱਗੇ ਤੋਂ ਬੋਲਦੀ ਹੈ ਤਾਂ ਕਮਰੇ ਦੀ ਲਾਈਟ ਬੰਦ ਕਰਕੇ ਉਸਦਾ ਦਰਵਾਜ਼ਾ ਬੰਦ ਕਰ ਦਿੰਦੀ ਹੈ ਤੇ ਫਿਰ ਕਮਰੇ ਦਾ ਦਰਵਾਜ਼ਾ ਖੋਲਦੀ ਹੈ ਤੇ ਅੰਦਰ ਜਾ ਕੇ ਕੁੱਟਮਾਰ ਕਰਦੀ ਹੈ ਤੇ ਦਰਵਾਜ਼ਾ ਲਗਾ ਲੈਂਦੀ ਹੈ। ਇੰਨੇ ਦੇ ਵਿੱਚ ਹੀ ਇਸ ਮਹਿਲਾ ਦਾ ਸਹੁਰਾ ਵੀ ਉੱਥੇ ਆ ਜਾਂਦਾ ਹੈ ਤੇ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਹ ਤਸਵੀਰਾਂ ਬੱਲਭਗੜ੍ਹ ਦੀ ਚਾਵਲਾ ਕਲੋਨੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਨੂੰਹ ਨੇ ਆਪਣੀ ਸੱਸ ਦੀ ਕੁੱਟਮਾਰ ਕੀਤੀ ਹੈ। ਇਸ ਘਟਨਾ ਤੋਂ ਬਾਅਦ ਬਜ਼ੁਰਗ ਜੋੜਾ ਪੁਲਿਸ ਥਾਣੇ ਪਹੁੰਚਿਆ ਤੇ ਆਪਣੀ ਨੂੰਹ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਬਜ਼ੁਰਗ ਜੋੜੇ ਦਾ ਕਹਿਣਾ ਹੈ ਕਿ ਉਹਨਾਂ ਦੀ ਨੂੰਹ ਅਕਸਰ ਹੀ ਉਹਨਾਂ ਤੇ ਹੱਥ ਚੁੱਕਦੀ ਹੈ। ਫਿਲਹਾਲ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ।